ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਚਮੇਲੀ, ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ, ਫਰੀਦਕੋਟ ਤੋਂ ਚਹਿਲ ਰੋਡ ਦੋਸਤੋ ਜਿਹੜਾ ਹੈਗਾ ਉਹ ਭਾਣੇ ਵਿੱਚ ਦੀ ਚਮੇਲੀ ਆਉਂਦਾ ਅਤੇ ਚਮੇਲੀ ਤੋਂ ਅੱਗੇ ਕੋਟ ਸੁਖੀਆ ਲੰਘ ਜਾਂਦਾ। ਰੋਡ ਦੇ ਉੱਤੇ ਦੋਸਤੋ ਘਰ ਹੈ, ਭਾਣੇ ਦੇ ਅਤੇ ਚਮੇਲੀ ਦੇ ਅੱਧ ਵਿਚਾਲੇ ਜੇ ਇਹ ਘਰ ਆਉਂਦਾ ਜਿਹੜੇ ਘਰ 'ਚ ਮੈਂ ਅੱਜ ਵੀਡੀਓ ਬਣਾ ਰਿਹਾ। ਪਸ਼ੂ ਪਾਲਣ ਦਾ ਕੰਮ ਆ ਬਾਈ ਦਾ, ਘਰੇ ਪਸ਼ੂ ਰੱਖੇ ਆ ਖੇਤੀਬਾੜੀ ਦੇ ਨਾਲ ਨਾਲ, ਪਰ ਜੇ ਤੁਸੀਂ ਇਹਨਾਂ ਝੋਟੀਆਂ ਨੂੰ ਦੇਖੋਗੇ, ਇਹਨਾਂ ਦੀ ਬਣਤਰ ਨੂੰ ਦੇਖੋਗੇ ਤਾਂ ਪਸ਼ੂ ਸੋਹਣੇ ਆ ਵੀਰ ਕੋਲ, ਚੰਗੇ ਪਸ਼ੂ ਚੰਗੇ ਦੁੱਧ ਵਾਲੇ ਘਰੇ ਰੱਖੇ ਹੋਏ ਆ। ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਝੋਟੀ ਵਿਖਾਊ ਕੀਤੀ ਹੈ। ਸਵਾਦ ਹੀ ਠੰਡੀ ਸੀਲ ਆ ਦੋਸਤੋ, ਹਾਲਾਂਕਿ ਉੱਪਰੇ ਬੰਦੇ ਤੋਂ ਪਸ਼ੂ ਡਰਦਾ ਜ਼ਰੂਰ ਹੈ, ਜਦੋਂ ਤੋਰਾਂਗੇ ਹੋ ਸਕਦਾ ਥੋੜ੍ਹੀ ਬਹੁਤੀ ਭੱਜ ਨੱਸ ਕਰੇ, ਪਰ ਇਵੇਂ ਖੜ੍ਹੀ ਨੂੰ ਦੇਖ ਰਹੇ ਹਾਂ ਤਾਂ ਇਹਦਾ ਸੁਭਾਅ ਕਾਫੀ ਠੰਡਾ। ਮੈਂ ਥੋੜ੍ਹਾ ਬੈਕ ਸਾਈਡ 'ਤੇ ਹੁੰਦਾ, ਤੁਹਾਨੂੰ ਇਹਦਾ ਪਿੱਠ ਪੁੜਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਹਵਾਨਾ ਬਹੁਤ ਸੋਹਣਾ ਤਿਆਰ ਆ, ਤਾਂ ਤੱਕ ਦਾ ਹਵਾਨਾ ਦੱਸੋ ਇਹਨੇ ਕੱਢਿਆ ਹੋਇਆ, ਜਦੋਂ ਤੁਰੂਗੀ ਉਦੋਂ ਵੀ ਹਵਾਨਾ ਦਿਸੂ, ਪਰ ਮੈਂ ਇਹ ਗੱਲ ਤਾਂ ਐਡ ਕਰਤੀ ਸੀ ਵੀ ਕਈ ਵਾਰਾਂ ਉੱਪਰੇ ਬੰਦੇ ਤੋਂ ਪਸ਼ੂ ਡਰ ਜਾਂਦਾ ਅਤੇ ਤੁਰ ਕੇ ਸਹੀ ਹਵਾਨਾ ਨਹੀਂ ਦਿਖਾਉਂਦਾ। ਹੁਣ ਜਦੋਂ ਸਾਈਡ ਨੂੰ ਜਾਊਗੀ ਇਹ, ਤਾਂ ਤੁਸੀਂ ਇਹਦਾ ਹਵਾਨਾ ਜਿਹੜਾ ਉਹ ਦੇਖਦੇ ਜਾਊਂਗੇ। ਇੱਥੋਂ ਤੁਸੀਂ ਦੇਖ ਸਕਦੇ ਹੋ ਕਾਫੀ ਚੌੜਾ ਹਵਾਨਾ ਉੱਤੋਂ ਤੱਕ ਦਾ ਦੋਸਤੋ ਦਿਸਦਾ, ਚੰਗੀ ਤਰ੍ਹਾਂ ਦੇਖ ਲਓ, ਉਦੋਂ ਬਾਅਦ 'ਚ ਫਿਰ ਆਪਾਂ ਤੋਰਾਂਗੇ। ਸੋ ਆਓ ਇਹਦੇ ਬਾਰੇ ਗੱਲਬਾਤ ਕਰੀਏ। ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਉਹਦਾ ਹੱਕ ਆ ਵੀ ਆ ਕੇ ਤਸੱਲੀ ਕਰੇ, ਦੇਖੇ, ਅਤੇ ਜਿਹੜੇ ਪਸ਼ੂ ਵੇਚਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਦੇ ਘਰੋਂ ਪਸ਼ੂ ਵੇਚੋ, ਛੱਡਣ ਨਾ ਜਾਓ ਅਤੇ ਨਗਦ ਪੇਮੈਂਟ ਲੈ ਲਿਆ ਕਰੋ, ਕਿਉਂਕਿ ਠੱਗੀਆਂ ਅੱਜ ਦੇ ਟਾਈਮ 'ਚ ਕਾਫੀ ਵੱਜਦੀਆਂ, ਇਸ ਚੀਜ਼ ਦਾ ਧਿਆਨ ਰੱਖਿਆ ਕਰੋ। ਆਓ ਬਾਈ ਨੂੰ ਮਿਲਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸਿਓ ਵੀਰ ਆਪਣਾ। ਮਨਪ੍ਰੀਤ ਸਿੰਘ ਆ ਜੀ, ਪਿੰਡ ਚਮੇਲੀ। ਠੀਕ ਹੈ ਮਨਪ੍ਰੀਤ ਬਾਈ, ਮੇਰੇ ਖਿਆਲ 'ਚ ਘਰ ਰਸਤੇ ਹੀ ਰੱਖੇ ਹੋਏ ਆ ਪਸ਼ੂ? ਹਾਂਜੀ ਹਾਂ, ਘਰ ਰਸਤੇ, ਬਸ ਆਪਦੇ ਦੁੱਧ ਪੀਣ ਵਾਸਤੇ ਰੱਖੇ ਜੀ। ਠੀਕ ਹੈ। ਅੱਛਾ, ਇਹ ਝੋਟੀ ਕਿੰਨਾ ਸੁਆ ਸੁਣਦੀ? ਇਹ ਦੂਜਾ ਸੁਆ ਸੁਣਦੀ ਵੀਰ ਜੀ। ਕਿੰਨੇ ਕੁ ਦਿਨ ਲੈ ਜੂ ਸੁਣ 'ਚ? ਇਹ ਲੈ ਜੂਗੀ ਹਜੇ 6-7 ਦਿਨ ਲੈ ਜੂਗੀ ਜੀ। 6-7 ਦਿਨ ਹਜੇ ਲੈ ਜੂਗੀ। ਹਾਂਜੀ। ਦੁੱਧ ਪਹਿਲੇ ਸੂਏ ਕਿੰਨਾ ਕੁ ਚੋਇਆ? ਇਹ 12 ਕਿਲੋ ਚੋਇਆ ਜੀ ਪਹਿਲੇ ਸੂਏ। 12 ਕਿਲੋ ਪਹਿਲਾਂ ਨੇ ਦਿੱਤਾ? ਹਾਂਜੀ। ਠੀਕ ਹੈ। ਸੀਮਣ ਇਹਦੇ ABC ਦੇ ਮੇਰੇ ਖਿਆਲ 'ਚ ਭੀਮ ਦਾ ਲੱਗਾ ਹੈ? ਹਾਂਜੀ। ਠੀਕ ਹੈ। ਰੇਟ ਦਾ ਮਨਪ੍ਰੀਤ ਬਾਈ ਕੀ ਰੱਖਦੇ ਆਪਾਂ? ਰੇਟ ਦਾ ਵੀਰ ਜੀ ਫੋਨ ਤੇ ਕਰਾਂਗੇ ਜੀ। ਫੋਨ ਤੇ ਕਰਾਂਗੇ। ਹਾਂਜੀ। ਠੀਕ ਹੈ ਦੋਸਤੋ, ਸਟਰਾ ਬਾਈ ਦੇ ਕੋਲ ਆ ABC ਸੀਮਣ ਬੈਂਕ ਵੱਲੋਂ ਬੁੱਲ ਆ ਜਿਹੜਾ ਭੀਮ, ਉਹਦਾ ਸੀਮਣ ਆਉਂਦਾ ਅਤੇ ਬਾਈ ਦੇ ਹੱਥ 'ਚ ਸਟਰਾ, ਭੀਮ ਦਾ ਸੀਮਣ ਲੱਗਾ, ਚੰਗੇ ਕੱਦ ਕਾਠ 'ਚ ਝੋਟੀ। ਰੇਟ ਇਹਦਾ ਬਾਈ ਫੋਨ 'ਤੇ ਕਰੂਗਾ। ਸਿੰਗ ਦੀ ਸ਼ੇਪ ਪਹਿਲਾਂ ਦੇਖ ਲਓ, ਸੋਹਣਾ ਸਿੰਗ ਹੈ, ਕੁੰਡਾ ਹੈ। ਮੈਂ ਹਵਾਨਾ ਇਹਨੂੰ ਫਿਰ ਜੋ ਸਾਈਡ 'ਤੇ ਜਾਊਗੀ ਉਦੋਂ ਦਿਖਾਉਣ ਦੀ ਕੋਸ਼ਿਸ਼ ਕਰੂੰ, ਤੋਰ ਕੇ ਬਾਅਦ 'ਚ ਦਿਖਾਉਣੇ ਬਾਈ। ਮਾੜਾ ਜਿਹਾ ਇਹਨੂੰ ਇੱਧਰੋਂ ਹੱਕੀ ਮਾੜਾ, ਸੋ ਤੁਹਾਨੂੰ ਥੋੜ੍ਹਾ ਜਦੋਂ ਹੁਣ ਸਾਈਡ ਨੂੰ ਜਾਊਗੀ ਦੋਸਤੋ, ਤੁਸੀਂ ਹਵਾਨਾ ਜ਼ਰੂਰ ਦੇਖਿਓ ਜੀ। ਸੋਹਣਾ ਹਵਾਨਾ, ਬਹੁਤ ਸੋਹਣੀ ਝੋਟੀ ਹੈ ਇਹ। ਬਾਬਾ ਜੀ ਪਿੰਡੇ 'ਤੇ ਹੱਥ ਮਾਰ ਲਵਾ, ਹਵਾਨਾ ਹੀ ਦਿਖਾਉਣਾ ਮੇਨ। ਸੋ ਕਾਫੀ ਚੰਗਾ ਹਵਾਨਾ, ਚੌੜਾ ਹਵਾਨਾ, ਤੁਸੀਂ ਇੱਥੋਂ ਦੇਖ ਲਓ ਕਿੰਨਾ ਕਹਿਦਾ ਹਵਾਨੇ 'ਤੇ, ਨਾੜਾਂ ਵੀ ਚੰਗਾ ਅਤੇ ਇਹ ਸੁਭਾਅ ਦੀ ਵੀ ਇੱਦਾਂ ਰਹੀ ਹੈ। ਜਿਹੜਾ ਇਹਦਾ ਦੁੱਧ ਜਿਹੜਾ ਬਾਈ ਦੱਸਦਾ ਵੀ ਗਲਾਸ ਗਲਾਸ ਤੱਕ ਐਂਡ ਤੱਕ ਚੋਇਆ, ਆਪ ਛੱਡੀ ਹੈ ਇਹ ਪਹਿਲੇ ਸੂਏ 'ਚ, ਮਤਲਬ ਸੀਲ ਰਵਾ ਹੈ ਬਾਈ। ਹੁਣ ਤੋਰ ਲਓ ਖੋਲ ਕੇ ਮਾੜਾ। ਸੋ ਥੋੜ੍ਹਾ ਬਹੁਤਾ ਹੋ ਸਕਦਾ ਦੋਸਤੋ ਤੁਰਦਿਆਂ ਤੋਂ ਭੱਜੇ, ਪਰ ਤੁਸੀਂ ਹਵਾਨਾ ਕਲੀਅਰ ਦੇਖ ਲਿਆ। ਜਿਹਨੂੰ ਪਸੰਦ ਆਵੇ ਆ ਕੇ ਇਦੋਂ ਅੱਗੇ ਫੁੱਲ ਜਿਹੜੀ ਉਹ ਨਿਰਖ ਪਰਖ ਉਹ ਤੁਸੀਂ ਕਰਨੀ, ਤੁਸੀਂ ਪੇਮੈਂਟ ਲਾ ਰਹੇ ਹੋ ਤਾਂ ਤੁਹਾਡਾ ਹੱਕ ਬਣਦਾ, ਤੁਸੀਂ ਚੀਜ਼ ਨੂੰ ਦੇਖੋ। ਸੋ ਢਾਂਚਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ। ਕੋਈ ਨਹੀਂ ਮਨਪ੍ਰੀਤ ਬਾਈ, ਤੋਰੀ ਚੱਲ ਵਾ, ਤੁਰੀ ਜਾਊਗੀ ਸਹੀ ਇਹ। ਸੋ ਇਹਦਾ ਹਵਾਨਾ ਦੱਸੋ ਹੁਣ, ਥੋੜ੍ਹਾ ਜਿਹਾ ਦੂਰ ਤੋਂ ਵੀ ਜੇ ਤੁਸੀਂ ਦੇਖੋ ਤਾਂ ਸਮਝ 'ਚ ਆਉਂਦਾ, ਚੰਗਾ ਹਵਾਨਾ ਦਿਖਾ ਰਹੀ ਹੈ, ਅੱਗੇ ਨੂੰ ਵੀ ਬਹੁਤ ਚੰਗਾ ਹਵਾਨਾ। ਭਲੂਣ ਜਿਹੜੀ ਆ ਬਹਿਣੀ ਵਾਲੇ ਪਾਸੇ ਥੋੜ੍ਹੀ ਵੱਧ ਮਹਿਸੂਸ ਹੋ ਰਹੀ ਹੈ ਬਾਈ ਮੋੜਲੀ, ਉਹਦੇ ਕਰਕੇ ਜਿਹੜਾ ਕਬਹਿਣੀ ਵਾਲਾ ਪਾਸਾ ਉਹ ਮਾਮੂਲੀ ਜਿਹੜਾ ਉਹ ਫਰਕ 'ਚ ਨਜ਼ਰ ਆ ਰਿਹਾ। ਇਹ ਬੈਠਣ ਉੱਠਣ ਨਾਲ ਵੀ ਹੋ ਸਕਦਾ, ਪਰ ਤੁਸੀਂ ਆ ਕੇ ਦੇਖ ਵੀ ਲੈਣਾ ਇਸ ਚੀਜ਼ ਨੂੰ, ਕਿਉਂਕਿ ਪੇਮੈਂਟ ਜਿਹਨੇ ਲਾਉਣੀ ਹੁੰਦੀ ਉਹਦਾ ਹੱਕ ਹੁੰਦਾ ਵੀ ਉਹ ਤਸੱਲੀ ਕਰ ਲਏ। ਸੋ ਮੈਂ ਜਦੋਂ ਇਹ ਰੁਕ ਜੂਗੀ ਤਾਂ ਹਵਾਨਾ ਫਿਰ ਤੁਹਾਨੂੰ ਦਿਖਾ ਦੇਣਾ। ਗਾਵਾਂ ਵਾਲਾ ਹਵਾਨਾ ਲੱਗਾ ਦੋਸਤੋ ਅਗਲੇ ਪਾਸੇ ਨੂੰ ਵੀ, ਚੰਗਾ ਹਵਾਨਾ ਅਤੇ ਪਿਛਾਂ ਨੂੰ ਵੀ ਬਹੁਤ ਸੋਹਣਾ ਹਵਾਨਾ। ਇੱਥੋਂ ਤੁਸੀਂ ਦੇਖਿਓ
ਖਵਾਨਾ ਜਿਹੜਾ ਸੂਏ ਦਾ ਚੰਗਾ ਨਜ਼ਰ ਆ ਰਿਹਾ। ਵੈਸੇ ਸੁਭਾਅ ਦੀ ਇਹ ਠੰਡੀ ਸੀਲ ਹੀ ਹੈ, ਕੋਈ ਡਰ ਵਾਲੀ ਗੱਲ ਨਹੀਂ, ਜਿਹੜਾ ਵੀਰ ਖਰੀਦਣ ਆਊਗਾ ਉਹ ਦੇਖ ਸਕਦਾ ਆ ਕੇ। ਸੋ ਹੁਣ ਵੀ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ। ਉਮੀਦ ਹੈ ਵੀ ਹਜੇ 5-6 ਦਿਨ ਜਿਹੜੇ ਹਿਸਾਬ 'ਤੇ ਵੀਰ ਦੱਸਦਾ ਅਤੇ ਹਵਾਨਾ ਇਹ ਬਹੁਤ ਤਕੜਾ ਹੀ ਤਿਆਰ ਕਰ ਜਾਣਾ ਇਹਨੇ। ਸੋ ਸੋਹਣੀ ਝੋਟੀ ਹੈ ਦੋਸਤੋ, ਰੇਟ ਨੰਬਰ ਜਿਹੜਾ ਉਹ ਫੋਨ ਦੇ ਉੱਤੇ ਹੋਣਾ ਅਤੇ ਫੋਨ ਨੰਬਰ ਸਕਰੀਨ 'ਤੇ ਹੈ। ਧੰਨਵਾਦ।